ਕਰਨੀ ਆ। ਰਾਈਟ ਸ਼ਾਰਪ ਜਿਹੜਾ 9 ਵਜੇ ਕੱਲ ਦੇ ਜਿਹੜੇ ਕੰਪੀਟੀਸ਼ਨ ਸ਼ੁਰੂ ਹੋ ਜਾਣਗੇ ਨੋਟ ਕਰਿਓ, ਗੁਰਪ੍ਰੀਤ ਪਹਿਲਵਾਨ ਲੁਧਿਆਣਾ ਤਾਂ ਲੁਧਿਆਣਾ ਦੇ ਦੂਜੇ ਪਾਸੇ ਪ੍ਰਿਤਪਾਲ ਪਹਿਲਵਾਨ ਫਗਵਾੜਾ। ਬੜੀ ਵਧੀਆ ਜਿਹੜੀ ਕੁਸ਼ਤੀ ਸ਼ੁਰੂ, ਜਿਹੜੇ ਇਹਨਾਂ ਦੰਗਲਾਂ ਨਾਲ ਜੁੜੇ ਹੋਏ ਨੇ, ਲਵਾਰਨਿੰਗ ਦਿੱਤੀ ਗਈ ਹੈ ਗੁਰਪ੍ਰੀਤ ਸਿੰਘ ਗੋਪੀ ਨੂੰ। ਔਰ ਜੇ ਪਹਿਲਵਾਨਾਂ ਨੂੰ ਨਹੀਂ ਪਤਾ ਵੀ ਇਸ ਕੰਪੀਟੀਸ਼ਨ ਦੇ ਵਿੱਚ ਅਸੀਂ ਹਿੱਸਾ ਲੈ ਸਕਦੇ ਜਾਂ ਨਹੀਂ ਲੈ ਸਕਦੇ, ਹਿੰਦੁਸਤਾਨ ਦਾ ਕੋਈ ਵੀ ਮੱਲ ਹੋਵੇ ਉਹ ਜਿਹੜਾ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਸਕਦਾ, ਸਿਰਫ ਜਿਹੜੇ ਵਿਦੇਸ਼ੀ ਪਹਿਲਵਾਨ ਹੈ ਉਹ ਜਿਹੜੇ ਅਲਾਊਡ ਨਹੀਂ ਕੀਤੇ, ਕਿਉਂਕਿ ਉਹ ਵੀ ਹੁਣ ਪਿਛਲੇ ਸਾਲ ਤੋਂ ਹੀ ਜਿਹੜੇ ਅਸੀਂ ਬੈਨ ਕੀਤੇ ਆ ਵੀ ਨਹੀਂ ਕਰ ਸਕਦੇ। ਲਓ ਦਰਸ਼ਕਾਂ ਤਾੜੀਆਂ ਮਾਰੀਏ ਤੇ ਕੁਸ਼ਤੀ ਦਾ ਜਿਹੜਾ ਫੈਸਲਾ ਹੋਇਆ ਹੈ, ਪ੍ਰਿਤਪਾਲ ਪਹਿਲਵਾਨ ਫਗਵਾੜਾ ਮੈਦਾਨ ਦੇ ਵਿੱਚ ਕੁਸ਼ਤੀ ਜਿਹੜਾ ਜਿੱਤ ਪ੍ਰਾਪਤ ਕਰ ਗਿਆ। ਤੇ ਕੋਈ ਵੀ ਪਹਿਲਵਾਨ ਜਿਹੜਾ ਕੁਸ਼ਤੀ ਲੜ ਸਕਦਾ ਹੈ ਇਸ ਦੰਗਲ ਦੇ ਵਿੱਚ, ਤੇ ਜ਼ਰੂਰ